ਇਲਾਕਾ ਪ੍ਰਤਾਪਪੁਰ ਹੈ ਬਾਦੂ ਚਾਰਜ ਕੁਲ ਦਿਵਾਲੀ ਤੇ ਵਿਰਾਸਤਾ ਇੰਤਕਾਲ ਚੜਾਉਣ ਦੇ ਬਦਲੇ 25,000 ਰੁਪਈਆ ਨੇ ਪਹਿਲਾਂ ਲੈ ਲਿਆ ਤੇ 2,000 ਅੱਜ ਲੈਂਦਾ ਹੈ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸਰ ਸ਼ਿਕਾਇਤ ਕਰਤਾ ਕੀ ਸ਼ਿਕਾਇਤ ਕਰਤਾ ਕੌਣ ਹੈ ਅਮਨਦੀਪ ਸਿੰਘ ਤੇ ਪੈਸੇ ਬਰਾਮਦੀ ਹੋ ਗਈ ਸਰ ਹੋ ਗਈ ਤੇ ਪੂਰੇ 27,000 ਦੀ 27,000 ਦੀ ਹੋਈ ਕਿ 2,000 ਤੇ 25,000 ਪਹਿਲੇ ਲੈ ਚੁੱਕੇ ਸੀ ਉਹ ਬਿਆਨਾਂ 'ਚ ਹੀ ਹੈ ਹਾਂ ਉਹ ਬਿਆਨਾਂ 'ਚ ਮਤਲਬ ਫੜੇ ਨਹੀਂ ਇਹ ਨੋਟ ਹਾਂ ਤਾਂ ਸਰ ਟੀਮ ਕਿੱਥੋਂ ਦੀ ਹੈ ਵਿਜੀਲੈਂਸ ਦੀ ਜਲੰਧਰ ਤੁਹਾਨੂੰ ਸ਼ਿਕਾਇਤ ਕਦੋਂ ਮਿਲੀ ਸੀ ਸਾਨੂੰ ਅੱਜ ਸ਼ਿਕਾਇਤ ਮਿਲੀ ਤੇ ਸਰ ਆਮ ਤੌਰ ਤੇ ਜਿੱਦਾਂ ਵਿਜੀਲੈਂਸ ਦੇ ਵਿੱਚ ਦੇਖਣ ਚ ਆਉਂਦਾ ਵੀ ਤੁਸੀਂ ਜਿੱਦਾਂ ਬਰਾਮਦੀ ਕਰ ਲੈਂਦੇ ਹੋ ਉਸੇ ਵੇਲੇ ਸਰ ਤੁਸੀਂ ਲੈ ਕੇ ਜਿਹੜੇ ਵੀ ਆਰੋਪੀ ਹੁੰਦੇ ਉਸੇ ਵੇਲੇ ਉੱਥੋਂ ਚਲੇ ਜਾਂਦੇ ਹੋ ਅੱਜ ਇੱਥੇ 2-2.5 ਘੰਟੇ ਤੁਹਾਨੂੰ ਲੱਗੇ ਆ ਜਾਂਚ ਕੀਤੀ ਅੱਛਾ ਇੱਥੇ ਹੀ ਮੌਕੇ ਤੇ ਹੀ ਕਾਰਵਾਈ ਬਿਲਕੁਲ ਜੀ ਮੌਕੇ ਤੇ ਮਤਲਬ ਇਹ ਵੀ ਇੱਕ ਮਤਲਬ ਇੱਕ ਐਗਜ਼ਾਮਪਲ ਸੈੱਟ ਕੀਤਾ ਵੀ ਆਪਾਂ ਅੱਜ ਇੱਥੇ ਕਾਰਵਾਈ ਮੌਕੇ ਤੇ ਹੀ ਕਰਕੇ ਨਿਕਲੇ ਬਿਲਕੁਲ ਸਰ ਟੀਮ ਦੇ ਵਿੱਚ ਕੌਣ ਕੌਣ ਪੇਪਰ ਵਰਕ ਸਾਰਾ ਕੀਤਾ ਮਿਸਲ ਲਿਖੀ ਆ ਹੁਣ ਅਸੀਂ ਜਾ ਰਹੇ ਹਾਂ ਵਿਜੀਲੈਂਸ ਦੀ ਟੀਮ ਚ ਕੌਣ ਕੌਣ ਪੇਸ਼ ਕਰਨਗੇ ਹਾਂਜੀ ਟੀਮ ਦੇ ਵਿੱਚ ਕੌਣ ਕੌਣ ਹੈ ਵਿਜੀਲੈਂਸ ਦੀ ਮੈਂ ਡੀਐਸਪੀ ਦਲਵੀਰ ਸਿੰਘ ਨਾਲ ਮੇਰੇ ਇੰਸਪੈਕਟਰ ਰਾਜਵਿੰਦਰ ਸਬ ਇੰਸਪੈਕਟਰ ਏਐਸਆਈ ਕੱਲ ਕੋਰਟ ਚ ਪੇਸ਼ ਕਰਾਂਗੇ।